ਅਕਾਲੀ ਦਲ ਦੇ ਉਮੀਦਵਾਰਾਂ ਦੀ ਲਿਸਟ ਜਲਦ ਜਾਰੀ ਹੋ ਸਕਦੀ ਹੈ। ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਹੋਰਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ, ਖਡੂਰ ਸਾਹਿਬ ਤੋਂ ਕਰਨੈਲ ਸਿੰਘ, ਪੀਰ ਮੁਹੰਮਦ, ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਚੱਲ ਰਿਹਾ, ਔਰ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਦੁਬਾਰਾ ਟਿਕਟ ਮਿਲ ਸਕਦੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਟਿਕਟ ਮੰਗ ਰਹੇ ਨੇ ਤਾਂ ਡਾਕਟਰ ਦਲਜੀਤ ਚੀਮਾ ਹੋਰਾਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ। ਜੇਕਰ ਡਾਕਟਰ ਦਲਜੀਤ ਚੀਮਾ ਨੂੰ ਟਿਕਟ ਮਿਲਦੀ ਹੈ ਆਨੰਦਪੁਰ ਸਾਹਿਬ ਤੋਂ ਤਾਂ ਪਟਿਆਲਾ ਜਿਹੜਾ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਭੇਜਿਆ ਜਾ ਸਕਦਾ। ਕੁਝ ਸੀਟਾਂ ਤੇ ਚਰਚਾ ਹੋਈ, ਕੁਝ ਸੀਟਾਂ ਤੇ ਚਰਚਾ ਦੁਬਾਰਾ ਹੋਏਗੀ। ਡਾਕਟਰ ਦਲਜੀਤ ਚੀਮਾ ਮੇਰੇ ਨਾਲ ਨੇ, ਚੀਮਾ ਸਾਹਿਬ ਸਾਰਾ ਦਿਨ ਸੁਖਬੀਰ ਸਿੰਘ ਬਾਦਲ ਨੇ 1-to-1 ਬੈਠਕਾਂ ਜਿਹੜੀਆਂ ਉਹ ਕੀਤੀਆਂ, ਤੁਸੀਂ ਆਨੰਦਪੁਰ ਸਾਹਿਬ ਤੋਂ ਦਾਅਵੇਦਾਰੀ ਠੋਕ ਰਹੇ ਹੋ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਵੀ ਨੇ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਪਾਰਟੀ ਭਰੋਸਾ ਕਰ ਸਕਦੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਕਾਫੀ ਪਾਰਟੀ ਨੇ ਤੁਹਾਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਹੋਈਆਂ ਨੇ? ਦੇਖੋ, ਗੱਲ ਇਹ ਹੈ ਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਸਾਰੇ ਲੀਡਰ ਆਪੋ ਆਪਣੀ ਇੱਛਾ ਜ਼ਾਹਰ ਕਰਦੇ, ਇਸ ਕਰਕੇ ਸਾਰਿਆਂ ਨੇ ਆਪੋ ਆਪਣੀ ਇੱਛਾ ਜ਼ਾਹਰ ਕੀਤੀ ਹੈ। ਹੁਣ ਪਾਰਟੀ ਦੀ ਪ੍ਰਕਿਰਿਆ ਪ੍ਰਧਾਨ ਸਾਹਿਬ ਨੇ ਸ਼ੁਰੂ ਕੀਤੀ ਹੈ, ਅੱਜ 6 ਪਾਰਲੀਮੈਂਟ ਕੌਂਸਟੀਚੁਐਂਸੀ ਦੀਆਂ ਮੀਟਿੰਗਾਂ ਹੋਈਆਂ, ਉਹਦੇ 'ਚ ਸਾਰੇ ਹਲਕਾ ਇੰਚਾਰਜ, ਜ਼ਿਲ੍ਹਾ ਜਥੇਦਾਰ, SGPC ਮੈਂਬਰ, ਹੋਰ ਜਿਹੜਾ ਕੋਈ ਸੀਨੀਅਰ ਲੀਡਰ ਹੁੰਦਾ ਉਸ ਹਲਕੇ ਦਾ, ਉਹ ਇੰਡੀਵਿਜੁਅਲੀ ਆ ਕੇ ਆਪੋ ਆਪਣੀ ਰਾਏ ਜਿਹੜਾ ਆਪਣੇ ਹਲਕੇ ਦੇ ਸੰਬੰਧ 'ਚ ਦਿੰਦਾ ਵੀ ਸਾਡੇ ਹਲਕੇ ਦੇ ਵਿੱਚ ਕਿਹੜਾ ਬੈਟਰ ਉਮੀਦਵਾਰ ਹੋ ਸਕਦਾ, ਆਪੋ ਆਪਣੀ ਸਾਰਿਆਂ ਦੀ ਰਾਏ। ਤੁਸੀਂ ਆਨੰਦਪੁਰ ਸਾਹਿਬ ਤੋਂ ਕਿਹਾ ਕਿ ਪਾਰਟੀ ਤੁਹਾਨੂੰ ਇੱਕ ਵਾਰ ਮੌਕਾ ਦੇਵੇ। ਹਾਂ, ਮੈਂ ਕਿਉਂਕਿ 2009 'ਚ ਉੱਥੋਂ ਲੜੀ ਸੀ, ਉਸ ਤੋਂ ਬਾਅਦ 15 ਸਾਲ ਤੋਂ ਲਗਾਤਾਰ ਮੈਂ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਹੀ ਹਾਂ। ਰੋਪੜ ਮੇਰਾ ਆਪਣਾ ਵਿਧਾਨ ਸਭਾ ਹਲਕਾ, ਉਹ ਵੀ ਇਹਦਾ ਪਾਰਟ, ਇਸ ਕਰਕੇ ਮੈਂ ਆਨੰਦਪੁਰ ਸਾਹਿਬ ਤੋਂ ਇੱਛਾ ਜ਼ਾਹਰ ਕੀਤੀ ਸੀ। ਬਾਕੀ ਕੱਲ ਫੇਰ 5 ਪਾਰਲੀਮੈਂਟ ਕੌਂਸਟੀਚੁਐਂਸੀ ਦੇ ਮੀਟਿੰਗਾਂ, ਦੂਸਰੇ ਵੀ ਪ੍ਰੇਮ ਸਿੰਘ ਚੰਦੂਮਾਜਰਾ, ਕਿਉਂਕਿ ਆਨੰਦਪੁਰ ਸਾਹਿਬ ਤੋਂ ਲੜ ਚੁੱਕੇ ਆ, ਕੀ ਉਹ ਜ਼ਿਆਦਾ ਸਟਰੋਂਗ ਨੇ ਜਾਂ ਪਾਰਟੀ ਇਹ ਵੀ ਵਿਚਾਰ ਕਰ ਰਹੀ ਹੈ, ਕਿਉਂਕਿ ਪਟਿਆਲਾ ਉਹਨਾਂ ਦਾ ਪੁਰਾਣਾ ਹਲਕਾ, ਕਿ ਜੇਕਰ ਤੁਹਾਨੂੰ ਆਨੰਦਪੁਰ ਸਾਹਿਬ ਮਿਲਦੀ ਤਾਂ ਪਟਿਆਲਾ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ? ਗੱਲ ਇਹ ਚੀਜ਼ਾਂ ਮੀਡੀਆ ਵਿੱਚ ਡਿਸਕਸ ਕਦੇ ਵੀ ਕੀਤੀਆਂ ਨਹੀਂ ਜਾਂਦੀਆਂ। ਪਾਰਟੀ ਨੂੰ ਆਪੋ ਆਪਣਾ ਜਿਹੜਾ ਤੁਸੀਂ ਇੱਛਾ ਜ਼ਾਹਿਰ ਕਰਨੀ ਕਿ ਕਿੱਥੋਂ ਤੁਸੀਂ ਇੰਟਰਸਟਿਡ ਹੋ, ਬਾਕੀ ਫੈਸਲੇ ਪਾਰਟੀ ਕਰ, ਇਸ ਕਰਕੇ ਹਰ ਇੱਕ ਨੂੰ ਹੱਕ ਹੈ। ਇਸ ਤਰੀਕੇ ਨਾਲ ਵਿਚਾਰ ਚੱਲ ਰਿਹਾ ਕਿ ਤੁਹਾਨੂੰ ਆਨੰਦਪੁਰ ਮਿਲਦੀ ਹੈ ਤਾਂ ਪਟਿਆਲਾ ਪ੍ਰੇਮ ਸਿੰਘ ਚੰਦੂਮਾਜਰਾ ਚਲੇ ਜਾਂਦੇ? ਨਹੀਂ, ਸਾਡੀ ਤਾਂ ਮੀਟਿੰਗ ਹੀ ਨਹੀਂ ਹੋਈ ਆਨੰਦਪੁਰ ਸਾਹਿਬ ਦੀ, ਤਾਂ ਮੀਟਿੰਗ ਕੱਲ ਸ਼ਾਮੀ ਤੱਕ। ਤੁਸੀਂ ਦਾਅਵੇਦਾਰੀ ਕਰ ਰਹੇ ਹੋ? ਸਭ ਤੋਂ ਦੂਜਾ ਨਾਲ ਦਾਅਵੇਦਾਰੀ ਕੋਈ ਰੋਜ਼ ਜਾ ਕੇ ਨਹੀਂ ਕਰਨੀ ਹੁੰਦੀ, ਪਤਾ ਹੀ ਹੁੰਦਾ ਪਾਰਟੀ ਨੂੰ ਕਿ ਕਿਹੜਾ ਕਿਹੜਾ ਲੀਡਰ ਕਿਹੜੇ ਕਿਹੜੀ ਥਾਂ ਦੇ ਉੱਤੇ ਹੈ, ਕੋਈ ਵੱਖਰਾ ਸਿਸਟਮ ਨਹੀਂ ਹੁੰਦਾ। ਬਾਦਲ ਬਠਿੰਡਾ ਤੋਂ ਹੀ ਲੜ ਰਹੇ, ਇਸ ਲੈਵਲ ਤੇ ਨਹੀਂ ਹੁੰਦਾ ਕਿ ਕਿਸੇ ਨੇ ਕੋਈ ਸਪੋਰਟਰ ਲੈ ਕੇ ਆਉਣੇ ਆ ਜਾਂ ਦੂਜੇ ਲੈ ਕੇ ਆਉਣੇ, ਇਹ ਪਾਰਟੀ ਦੀ ਇਲੈਕਸ਼ਨ ਹੁੰਦੀ ਹੈ, ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਹੁੰਦੀ। ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਇਲੈਕਸ਼ਨ ਲੜ ਰਹੇ? ਇਹ ਦੇਖੋ, ਮੈਂ ਕਿਹਾ ਨਾ ਕਿ ਮੈਂ ਕਿਸੇ ਵੀ ਉਮੀਦਵਾਰ ਦੇ ਉੱਤੇ ਅੱਜ ਕਮੈਂਟ ਕਰਦਾ ਨਹੀਂ ਚੰਗਾ ਲੱਗਦਾ। ਜਦੋਂ ਪ੍ਰਕਿਰਿਆ ਇੱਕ ਚੱਲ ਰਹੀ ਹੈ ਕਿ ਹਰ ਹਲਕੇ ਦੇ ਸਾਰੇ ਲੀਡਰ ਸਾਹਿਬਾਨਾਂ ਤੋਂ ਵਿਚਾਰ ਜਾਣੇ ਜਾਣ, ਇਸ ਕਰਕੇ ਜੇ ਮੈਂ ਕਿਸੇ ਦਾ ਨਾਮ ਲਾਂਗਾ ਤੇ ਉਹ ਕਿਸੇ ਹੋਰ ਨੂੰ ਸ਼ਾਇਦ ਉਹਦੇ ਨਾਲ ਪੱਖਪਾਤ ਹੋਏਗਾ। ਕਿਉਂਕਿ ਸੁਖਬੀਰ ਬਾਦਲ ਨੂੰ ਨਿਊਜ਼ 18 ਨੇ ਸਵਾਲ ਪੁੱਛਿਆ, ਉਹਨਾਂ ਨੇ ਪੁੱਛਿਆ ਤੁਸੀਂ ਚੋਣ ਲੜ ਰਹੇ ਹੋ, ਕਹਿੰਦੇ ਨਹੀਂ ਮੈਂ ਨਹੀਂ ਚੋਣ ਲੜ ਰਿਹਾ, ਉਹ ਪ੍ਰਧਾਨ ਸਾਹਿਬ ਆਪਣੇ ਬਾਰੇ ਕਲੀਅਰ ਕਰ ਸਕਦੇ ਆ। ਇਸ ਕਰਕੇ ਇਹ ਫੈਸਲਾ ਅਲਟੀਮੇਟਲੀ ਸਾਰੀ ਰਾਏ ਜਿਹੜੀ ਸਾਰੇ ਹਲਕਿਆਂ ਦੀਆਂ ਮੀਟਿੰਗਾਂ ਕੰਪਲੀਟ ਹੋ ਜਾਣਗੀਆਂ, ਉਸ ਤੋਂ ਬਾਅਦ ਸਥਿਤੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ, ਖਡੂਰ ਸਾਹਿਬ ਫਿਰ ਪਾਰਟੀ ਡਿਸਾਈਡ ਕਰੇ। ਖਡੂਰ ਸਾਹਿਬ ਤੋਂ ਕਰਨੈਲ ਸਿੰਘ, ਪ੍ਰੀਤ ਮੁਹੰਮਦ ਨੇ ਟਿਕਟ ਮੰਗੀ, ਵਿਕਰਮ ਮਜੀਠੀਆ ਹੋਰਾਂ ਦਾ ਵੀ ਨਾਮ ਉੱਥੇ ਚੱਲ ਰਿਹਾ। ਦੇਖੋ, ਮੈਂ ਕਿਹਾ ਨਾ, ਮੈਂ ਕਿਸੇ ਵੀ ਇੰਡੀਵਿਜੁਅਲ ਲੀਡਰ ਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਕੌਣ ਕਿੱਥੋਂ ਲੜ ਰਿਹਾ, ਕੌਣ ਕਿੱਥੋਂ ਲੜ ਰਿਹਾ, ਇਹ ਉਹਨਾਂ ਦੀ ਆਪਣੀ ਇੱਛਾ, ਕੋਈ ਵੀ ਕਿਤੋਂ ਵੀ ਮੰਗ ਸਕਦਾ। ਪਾਰਟੀ ਦਾ ਵਰਕਰ ਆ, ਕਿਸੇ ਨੂੰ ਟਿਕਟ ਮੰਗਣ ਤੋਂ ਤਾਂ ਪਾਰਟੀ ਕਦੀ ਵੀ ਨਹੀਂ ਰੋਕਦੀ। ਫਰੀਦਕੋਟ, ਕਿਉਂਕਿ 2 ਪਾਰਟੀਆਂ ਨੇ ਗਾਇਕ ਤੇ ਕਲਾਕਾਰ ਉਤਾਰ ਦਿੱਤੇ, ਕੀ ਅਕਾਲੀ ਦਲ ਵੀ ਸੋਚ ਰਹੀ ਹੈ ਫਰੀਦਕੋਟ ਤੋਂ ਕੋਈ ਕਲਾਕਾਰ ਅਦਾਕਾਰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਜਾਵੇ? ਦੇਖੋ, ਗੱਲ ਇਹ ਹੈ ਕਿ ਮੈਂ ਫਿਰ ਉੱਥੇ ਗੱਲ ਕਰਾਂਗਾ,
ਕਿ ਪਾਰਟੀ ਉਹ ਸੋਚੇਗੀ ਕਿ ਜੋ ਫਰੀਦਕੋਟ ਦੇ ਵਿੱਚ ਪਾਰਟੀ ਵਾਸਤੇ, ਫਰੀਦਕੋਟ ਪਾਰਲੀਮੈਂਟ ਦੇ ਲੋਕਾਂ ਵਾਸਤੇ ਜੋ ਅੱਛਾ ਹੋਵੇ। ਕਦੋਂ ਤੱਕ ਲਿਸਟ ਆ ਜਾਏਗੀ? ਇਹੋ ਜਿਹਾ ਨੁਮਾਇੰਦਾ ਦਿੱਤਾ ਜਾਵੇ ਜਿਹੜੇ ਚੰਗੀ ਨੁਮਾਇੰਦਗੀ ਕਰੇ। ਕਦੋਂ ਤੱਕ ਲਿਸਟ ਆ ਜਾਏਗੀ? ਲਿਸਟ ਆ ਕੱਲ ਤੱਕ ਜਿਹੜੀ ਪ੍ਰਕਿਰਿਆ ਇਹ ਮੀਟਿੰਗਾਂ ਦੀ ਪੂਰੀ ਹੋ ਜਾਏਗੀ। ਇਸ ਤੋਂ ਬਾਅਦ ਜਿਹੜਾ ਵਿਚਾਰ ਵਟਾਂਦਰਾ ਆਪੋ ਦੇ ਵਿੱਚ ਲੀਡਰਸ਼ਿਪ ਦਾ ਹੁੰਦਾ, ਇਸੇ ਹਫ਼ਤੇ ਆ ਸਕਦੀ ਹੈ ਲਿਸਟ ਪੰਜ ਸਾਹਿਬ ਦੀ। ਕੁਦਰਤੀ ਗੱਲ ਹੈ, ਹੁਣ ਕਿੰਨਾ ਕੁ ਲੇਟ ਹੋਏਗਾ, ਕੁਝ ਪਾਰਟੀਆਂ ਦੀਆਂ ਤਾਂ ਆ ਵੀ ਗਈਆਂ। ਇਸ ਕਰਕੇ ਇਹ ਚੀਜ਼ਾਂ ਲਗਾਤਾਰ ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਛੇਤੀ ਕੀਤਾ ਜਾਵੇ, ਕਿਉਂਕਿ ਇਸ ਵਾਰ ਅਕਾਲੀ ਦਲ ਬੀਜੇਪੀ ਤੋਂ ਵੱਖ ਲੜ ਰਹੀ ਹੈ। ਲੱਗਦਾ 13 ਸੀਟਾਂ ਤੇ ਇਸਦਾ ਅਸਰ ਪਏਗਾ। ਅਕਾਲੀ ਦਲ ਦਾ ਆਪਣਾ ਸਰਵੇ ਹੁੰਦਾ, ਕਿੰਨੀਆਂ ਸੀਟਾਂ ਕੱਢੀਆਂ ਜਾ ਸਕਦੀਆਂ? ਨਹੀਂ, ਦੇਖੋ 2022 ਚ ਵੀ ਅਲੱਗ ਹੀ ਲੜੇ ਸੀ ਲੋਕ ਸਭਾ ਪਹਿਲੀ ਵਾਰ। ਹਾਂ, ਲੋਕ ਸਭਾ ਪਹਿਲੀ ਵਾਰ, ਪਰ ਸੇਮ ਹੀ ਕੰਸਟੀਚੂਐਂਸੀ ਤਾਂ ਅਸੈਂਬਲੀ ਸੈਗਮੈਂਟ ਉਹੀ ਹੁੰਦੇ ਨੇ। ਇਸ ਕਰਕੇ ਹੁਣ ਫਿਰ ਅਲੱਗ ਲੜ ਰਹੇ, ਔਰ ਬੜਾ ਅੱਛਾ ਜੋ ਸਟੈਂਡ ਸ਼੍ਰੋਮਣੀ ਅਕਾਲੀ ਦਲ ਨੇ ਲਿਆ, ਉਹਦੇ ਕਰਕੇ ਬੜਾ ਅੱਛਾ ਹੰਗਾਰਾ ਪੰਜਾਬ ਦੀ ਜਨਤਾ ਨੇ ਦਿੱਤਾ, ਔਰ ਆਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਅੱਛੇ ਤਰੀਕੇ ਪਰਫਾਰਮ ਕਰੇਗਾ। ਠੀਕ ਹੈ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਏ, ਨਿਊਜ਼ 18, ਚੰਡੀਗੜ੍ਹ।